ਹੈ, PGI ਹਸਪਤਾਲ ਅਨਕੰਪਲੀਟ ਹੈ, ਫਾਜ਼ਿਲਕਾ ਕੈਂਸਰ ਦਾ ਹਸਪਤਾਲ ਅਨਕੰਪਲੀਟ ਹੈ, ਅਤੇ ਨਹਿਰੀ ਪਾਣੀ ਦਾ ਬੜਾ ਵੱਡਾ ਹੈ, ਜ਼ਮੀਨਾਂ ਸਰਕਾਰੀ ਦੀਆਂ ਜਿਹੜੀਆਂ ਗਰੀਬਾਂ ਦੀਆਂ ਬਾਰਡਰ 'ਤੇ ਤੋੜ ਦਿੱਤੀਆਂ ਗਈਆਂ ਸੀ ਦੁਬਾਰਾ, ਜਾਣੀ ਕੰਮ ਕਈ ਹੈ, ਇੱਕ ਕੰਮ ਨਹੀਂ ਹੈ, ਬਹੁਤ ਕੰਮ ਜਿਹੜੇ ਸਾਰੇ ਜ਼ਰੂਰੀ ਹੈ, ਇਸ ਕਰਕੇ ਅਸੀਂ ਪਹਿਲ ਦੇ ਆਧਾਰ 'ਤੇ ਬੈਠ ਕੇ ਮੀਟਿੰਗ ਕਰਕੇ ਉਹਨੂੰ ਅਸੀਂ ਜਿਹੜਾ ਲੈ ਕੇ ਆਉਂਦੇ। ਕਾਂਗਰਸ ਉੱਪਰ ਵੀ ਹੁਣ ਸਰਕਾਰ ਬਣੇਗੀ? ਬਿਲਕੁਲ ਬਿਲਕੁਲ, ਕਾਂਗਰਸ ਦੀ ਸਰਕਾਰ ਸਾਡੇ ਦੇਸ਼ 'ਚ ਜਾ, ਸਾਡੇ ਪ੍ਰਧਾਨ ਮੰਤਰੀ ਜਿਹੜੇ ਹੈ ਉਹ ਕਾਂਗਰਸ ਦੇ ਬਣਨਗੇ, ਅਤੇ ਕਾਂਗਰਸ ਹੀ ਜਿਹੜੀ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ, ਇਹ ਲੋਕਾਂ ਨੇ ਇਸ ਕਰਕੇ ਲੋਕ ਜਿਹੜੇ ਹੈ ਕਾਂਗਰਸ ਦੇ ਨਾਲ ਜੁੜੇ ਹੈ। ਸਰਟੀਫਿਕੇਟ ਅੱਜ ਹੱਥ 'ਚ ਆ ਜਾਏ, ਉਸ ਆਪਣੀ ਮੀਟਿੰਗ ਤਾਂ ਹੋਣੀ ਹੈ, ਹੁਣ ਸਰਟੀਫਿਕੇਟ ਲੈਣ ਚੱਲੇ ਆ ਸਾਰੇ ਇਕੱਠੇ ਹੋ ਗਏ, ਅਤੇ ਸਰਟੀਫਿਕੇਟ ਲਿਜਾ ਕੇ ਫਿਰ ਜੋ ਪਾਰਟੀ ਹੁਕਮ ਕਰੇਗੀ ਉਹਦੇ ਮੁਤਾਬਕ ਚੱਲਾਂਗੇ। ਜੋ ਗਰੰਟੀਆਂ ਦਿੱਤੀਆਂ ਗਈਆਂ ਸਰ, ਉਹ ਪੂਰੀਆਂ? ਸਾਰੀਆਂ ਪੂਰੀਆਂ ਕਰਾਂਗੇ ਜੀ, ਪੂਰੀਆਂ ਕਰਾਵਾਂਗੇ, ਸਰਕਾਰ ਦੇ ਕੋਲ ਸੋਰਸ ਜਿਹੜੇ ਹੈਗੇ ਹੈ ਉਹ ਪੂਰਾ ਹੋਏਗਾ ਸਰ। ਮੈਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਦੇ ਆਸ਼ੀਰਵਾਦ ਨਾਲ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਫਿਰੋਜ਼ਪੁਰ ਪਾਰਲੀਮੈਂਟ ਹਲਕੇ ਤੋਂ ਭੇਜਿਆ, ਅਤੇ ਮੈਂ ਉਸ ਤੋਂ ਭਰਾਵਾਂ ਦਾ ਧੰਨਵਾਦ, ਨੇਤਾ ਜੀ ਦਾ, ਸਾਰੀ ਜਿਹੜੇ ਲੀਡਰਸ਼ਿਪ, ਆਸ਼ੂ ਜੀ ਅਤੇ ਫਿਰੋਜ਼ਪੁਰ ਤੋਂ, ਫਾਜ਼ਿਲਕਾ ਤੋਂ, ਬੱਲੂਆਣਾ, ਬੋਹਰ, ਮੁਕਤਸਰ, ਮਲੋਟ, ਜਿਨ੍ਹਾਂ ਨੇ ਮੇਰਾ ਪੂਰਾ ਸਾਥ ਦਿੱਤਾ, ਅਤੇ ਕਾਂਗਰਸ ਪਾਰਟੀ ਦੀ ਇਹ ਜਿੱਤ ਹੋਈ, ਜਿੱਤ ਵੀ ਇੱਕ ਇਤਿਹਾਸਕ ਜਿੱਤ ਹੋਈ, ਲੜਾਈ ਵੀ ਪੂਰੀ ਹੋਈ ਹੈ, ਪਰ ਮੈਨੂੰ ਜਿਹੜੀ ਇੱਕ ਲੜਾਈ ਦਾ ਕਾਰਨ ਹੈ ਕਿ ਬਹੁਤ ਲੇਟ ਟਿਕਟ ਮਿਲੀ, 15 ਦਿਨਾਂ ਦੇ ਵਿੱਚ ਜੰਗ ਜਿੱਤਣੀ, ਜਿਹੜੀ 39 ਸਾਲ ਪਹਿਲਾਂ ਕਾਂਗਰਸ ਦੀ ਸੀਟ ਗਈ ਹੋਈ ਸੀ, ਅਸੀਂ 39 ਸਾਲ ਬਾਅਦ 15 ਦਿਨਾਂ ਦੇ ਵਿੱਚ ਅਸੀਂ ਜਿੱਤ ਕੇ ਕਾਂਗਰਸ ਦੀ ਝੋਲੀ 'ਚ ਪਾਈਏ, ਅਤੇ ਮੈਂ ਇਸ ਗੱਲ ਦੀ ਵਧਾਈ ਜਿਹੜੀ ਹੈ ਮੈਂ ਸਾਰੇ ਵੋਟਰਾਂ ਸਪੋਰਟਰਾਂ ਨੂੰ ਦੇਣਾ ਚਾਹੁੰਦਾ, ਜਿਨ੍ਹਾਂ ਨੇ ਮੇਰੇ ਤੋਂ ਵੱਧ ਚੜ ਕੇ ਯੋਗਦਾਨ ਪਾਇਆ, ਮੈਂ ਚਾਹੇ ਕਿਤੇ ਨਹੀਂ ਗਿਆ ਚਾਹੇ ਗਿਆ, ਪਰ ਸਾਰਿਆਂ ਨੇ ਕਾਂਗਰਸ ਦਾ ਬੜਾ ਸਾਥ ਦਿੱਤਾ, ਇਸ ਕਰਕੇ ਨਹੀਂ ਦੇਖੋ ਇੱਕ ਫਾਈਟ ਵਾਲੀ ਗੱਲ ਤਾਂ ਤੁਹਾਨੂੰ ਦੱਸਿਆ, 15 ਦਿਨਾਂ ਵਿੱਚ ਇੱਕ ਸੀਟ ਜਿੱਤਣੀ ਕਿੰਨੀ ਕੁ ਸੌਖੀ ਹੁੰਦੀ ਹੈ, ਇਸ ਕਰਕੇ 15 ਦਿਨ 20 ਦਿਨ ਪਹਿਲਾਂ ਜੇ ਟਿਕਟ ਮਿਲੀ ਹੁੰਦੀ ਅਸੀਂ 1-2 ਲੱਖ 'ਤੇ ਲੈ ਕੇ ਜਾਣਾ ਸੀਗਾ, ਪਰ ਫਿਰ ਵੀ ਮੈਂ ਸਮਝਦਾ ਕਿ ਕਾਂਗਰਸ ਦਾ ਜਿੰਨਾ ਸਤਿਕਾਰ ਲੋਕਾਂ ਨੇ ਕੀਤਾ ਅਤੇ ਦਾਸ ਨੂੰ ਉਹਨੇ ਮਿਹਨਤ ਕੀਤੀ ਹੈ, ਅਸੀਂ ਸਾਰਿਆਂ ਨੇ ਬੇਟਾ ਬੈਠਾ ਹੈ, ਨੇਤਾ ਜੀ ਨੇ, ਆਸ਼ੂ ਜੀ ਨੇ, ਜਾਨੀ ਕਿ ਸਾਰੇ ਹੀ ਲੈ, PGI ਹਸਪਤਾਲ ਅਨਕੰਪਲੀਟ ਹੈ, ਫਾਜ਼ਿਲਕਾ ਕੈਂਸਰ ਦਾ ਹਸਪਤਾਲ ਅਨਕੰਪਲੀਟ ਹੈ, ਅਤੇ ਨਹਿਰੀ ਪਾਣੀ ਦਾ ਬੜਾ ਵੱਡਾ ਹੈ, ਜ਼ਮੀਨਾਂ ਸਰਕਾਰੀ ਦੀਆਂ ਜਿਹੜੀਆਂ ਗਰੀਬਾਂ ਦੀਆਂ ਬਾਰਡਰ 'ਤੇ ਤੋੜ ਦਿੱਤੀਆਂ ਗਈਆਂ ਸੀ ਦੁਬਾਰਾ, ਜਾਣੀ ਕੰਮ ਕਈ ਹੈ, ਇੱਕ ਕੰਮ ਨਹੀਂ ਹੈ, ਬਹੁਤ ਕੰਮ ਜਿਹੜੇ ਸਾਰੇ ਜ਼ਰੂਰੀ ਹੈ, ਇਸ ਕਰਕੇ ਅਸੀਂ ਪਹਿਲ ਦੇ ਆਧਾਰ 'ਤੇ ਬੈਠ ਕੇ ਮੀਟਿੰਗ ਕਰਕੇ ਉਹਨੂੰ ਅਸੀਂ ਜਿਹੜਾ ਲੈ ਕੇ ਆਉਂਦੇ। ਕਾਂਗਰਸ ਉੱਪਰ ਵੀ ਹੁਣ ਸਰਕਾਰ ਬਣੇਗੀ? ਬਿਲਕੁਲ ਬਿਲਕੁਲ, ਕਾਂਗਰਸ ਦੀ ਸਰਕਾਰ ਸਾਡੇ ਦੇਸ਼ 'ਚ ਜਾ, ਸਾਡੇ ਪ੍ਰਧਾਨ ਮੰਤਰੀ ਜਿਹੜੇ ਹੈ ਉਹ ਕਾਂਗਰਸ ਦੇ ਬਣਨਗੇ, ਅਤੇ ਕਾਂਗਰਸ ਹੀ ਜਿਹੜੀ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ, ਇਹ ਲੋਕਾਂ ਨੇ ਇਸ ਕਰਕੇ ਲੋਕ ਜਿਹੜੇ ਹੈ ਕਾਂਗਰਸ ਦੇ ਨਾਲ ਜੁੜੇ ਹੈ। ਸਰਟੀਫਿਕੇਟ ਅੱਜ ਹੱਥ 'ਚ ਆ ਜਾਏ, ਉਸ ਆਪਣੀ ਮੀਟਿੰਗ ਤਾਂ ਹੋਣੀ ਹੈ, ਹੁਣ ਸਰਟੀਫਿਕੇਟ ਲੈਣ ਚੱਲੇ ਆ ਸਾਰੇ ਇਕੱਠੇ ਹੋ ਗਏ, ਅਤੇ ਸਰਟੀਫਿਕੇਟ ਲਿਜਾ ਕੇ ਫਿਰ ਜੋ ਪਾਰਟੀ ਹੁਕਮ ਕਰੇਗੀ ਉਹਦੇ ਮੁਤਾਬਕ ਚੱਲਾਂਗੇ। ਜੋ ਗਰੰਟੀਆਂ ਦਿੱਤੀਆਂ ਗਈਆਂ ਸਰ, ਉਹ ਪੂਰੀਆਂ? ਸਾਰੀਆਂ ਪੂਰੀਆਂ ਕਰਾਂਗੇ ਜੀ, ਪੂਰੀਆਂ ਕਰਾਵਾਂਗੇ, ਸਰਕਾਰ ਦੇ ਕੋਲ ਸੋਰਸ ਜਿਹੜੇ ਹੈਗੇ ਹੈ ਉਹ ਪੂਰਾ ਹੋਏਗਾ ਸਰ। ਮੈਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਦੇ ਆਸ਼ੀਰਵਾਦ ਨਾਲ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਫਿਰੋਜ਼ਪੁਰ ਪਾਰਲੀਮੈਂਟ ਹਲਕੇ ਤੋਂ ਭੇਜਿਆ, ਅਤੇ ਮੈਂ
ਉਸ ਤੋਂ ਭਰਾਵਾਂ ਦਾ ਧੰਨਵਾਦ, ਨੇਤਾ ਜੀ ਦਾ, ਸਾਰੀ ਜਿਹੜੇ ਲੀਡਰਸ਼ਿਪ, ਆਸ਼ੂ ਜੀ ਅਤੇ ਫਿਰੋਜ਼ਪੁਰ ਤੋਂ, ਫਾਜ਼ਿਲਕਾ ਤੋਂ, ਬੱਲੂਆਣਾ, ਬੋਹਰ, ਮੁਕਤਸਰ, ਮਲੋਟ, ਜਿਨ੍ਹਾਂ ਨੇ ਮੇਰਾ ਪੂਰਾ ਸਾਥ ਦਿੱਤਾ ਅਤੇ ਕਾਂਗਰਸ ਪਾਰਟੀ ਦੀ ਇਹ ਜਿੱਤ ਹੋਈ। ਜਿੱਤ ਵੀ ਇੱਕ ਇਤਿਹਾਸਕ ਜਿੱਤ ਹੋਈ, ਲੜਾਈ ਵੀ ਪੂਰੀ ਹੋਈ ਹੈ, ਪਰ ਮੈਨੂੰ ਜਿਹੜੀ ਇੱਕ ਲੜਾਈ ਦਾ ਕਾਰਨ ਹੈ ਕਿ ਬਹੁਤ ਲੇਟ ਟਿਕਟ ਮਿਲੀ, 15 ਦਿਨਾਂ ਦੇ ਵਿੱਚ ਜੰਗ ਜਿੱਤਣੀ, ਜਿਹੜੀ 39 ਸਾਲ ਪਹਿਲਾਂ ਕਾਂਗਰਸ ਦੀ ਸੀਟ ਗਈ ਹੋਈ ਸੀ, ਅਸੀਂ 39 ਸਾਲ ਬਾਅਦ 15 ਦਿਨਾਂ ਦੇ ਵਿੱਚ ਅਸੀਂ ਜਿੱਤ ਕੇ ਕਾਂਗਰਸ ਦੀ ਝੋਲੀ 'ਚ ਪਾਈਏ, ਅਤੇ ਮੈਂ ਇਸ ਗੱਲ ਦੀ ਵਧਾਈ ਜਿਹੜੀ ਹੈ ਮੈਂ ਸਾਰੇ ਵੋਟਰਾਂ ਸਪੋਰਟਰਾਂ ਨੂੰ ਦੇਣਾ ਚਾਹੁੰਦਾ, ਜਿਨ੍ਹਾਂ ਨੇ ਮੇਰੇ ਤੋਂ ਵੱਧ ਚੜ ਕੇ ਯੋਗਦਾਨ ਪਾਇਆ। ਮੈਂ ਚਾਹੇ ਕਿਤੇ ਨਹੀਂ ਗਿਆ, ਚਾਹੇ ਗਿਆ, ਪਰ ਸਾਰਿਆਂ ਨੇ ਕਾਂਗਰਸ ਦਾ ਬੜਾ ਸਾਥ ਦਿੱਤਾ, ਇਸ ਕਰਕੇ ਨਹੀਂ। ਦੇਖੋ, ਇੱਕ ਫਾਈਟ ਵਾਲੀ ਗੱਲ ਤਾਂ ਤੁਹਾਨੂੰ ਦੱਸੇ, 15 ਦਿਨਾਂ ਵਿੱਚ ਇੱਕ ਸੀਟ ਜਿੱਤਣੀ ਕਿੰਨੀ ਕੁ ਸੌਖੀ ਹੁੰਦੀ ਹੈ, ਇਸ ਕਰਕੇ 15 ਦਿਨ 20 ਦਿਨ ਪਹਿਲਾਂ ਜੇ ਟਿਕਟ ਮਿਲਣੀ ਤਾਂ ਅਸੀਂ 1-2 ਲੱਖ 'ਤੇ ਲੈ ਕੇ ਜਾਣਾ ਸੀਗਾ, ਪਰ ਫਿਰ ਵੀ ਮੈਂ ਸਮਝਦਾ ਕਿ ਕਾਂਗਰਸ ਦਾ ਜਿੰਨਾ ਸਤਿਕਾਰ ਲੋਕਾਂ ਨੇ ਕੀਤਾ ਅਤੇ ਦਾਸ ਨੂੰ ਉਹਨੇ ਮਿਹਨਤ ਕੀਤੀ ਹੈ, ਅਸੀਂ ਸਾਰਿਆਂ ਨੇ, ਬੇਟਾ ਬੈਠਾ ਹੈ, ਨੇਤਾ ਜੀ ਨੇ, ਆਸ਼ੂ ਜੀ ਨੇ, ਜਾਨੀ ਕਿ ਸਾਰੇ ਹੀ